ਬਿਲਗਾ ਪੁਲਿਸ ਵੱਲੋਂ ਸਰਕਾਰੀ ਸਕੂਲ ਵਿੱਚ ਵਾਰ ਵਾਰ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦੀ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਕੇਸ਼ ਕੁਮਾਰ ਮੁੱਖ ਅਫਸਰ ਥਾਣਾ ਬਿਲਗਾ ਨੇ ਦੱਸਿਆ ਕਿ ASI ਵਿਜੇ ਕੁਮਾਰ ਸਮੇਤ ਪੁਲਿਸ ਪਾਰਟੀ ਪਿੰਡ ਗੋਰਸੀਆਂ ਨਿਹਾਲ ਮੌਜੂਦ ਸੀ ਤਾਂ ਅਮਰ ਕੌਰ ETT ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗੋਰਸੀਆਂ ਨਿਹਾਲ ਥਾਣਾ ਬਿਲਗਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਗਨਾ ਪੁੱਤਰ ਮਹਿੰਦਰ ਸਿੰਘ ਪਾਸੀ ਗੋਰਸੀਆਂ ਨਿਹਾਲ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਦੇ ਹਾਥੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਦੀ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ। ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। ਦੋਸ਼ੀ ਪਾਸੋਂ ਚੋਰੀ ਕੀਤੀ ਕਣਕ ਅਤੇ ਚਾਵਲ ਬਰਾਮਦ ਕੀਤੇ ਜਾ ਰਹੇ ਹਨ। ਦੋਸ਼ੀ ਖਿਲਾਫ਼ ਪਹਿਲਾਂ ਵੀ 3 ਮੁਕੱਦਮੇ ਦਰਜ ਹਨ। ਬਿਲਗਾ ਤੋਂ ਤੇਜਿੰਦਰ ਸਿੰਘ ਦੀ ਰਿਪੋਰਟ। ਸਰ, ਜੋ ਇੱਕ ਤੁਸੀਂ ਦੋਸ਼ੀ ਗ੍ਰਿਫਤਾਰ ਕੀਤਾ, ਕੀ ਮਾਮਲਾ ਸਰ? ਇਹ ਸਰਕਾਰੀ ਸਕੂਲ ਪਿੰਡ ਗੋਸੀਆਂ ਹੈਗਾ, ਜਿੱਥੇ ਕਾਫ਼ੀ ਪਿਛਲੇ ਸਮੇਂ ਤੋਂ 2-3 ਵਾਰ ਜਿਹੜੀ ਆ ਉੱਥੇ ਚੋਰੀ ਦੀ ਵਾਰਦਾਤ ਹੋ ਚੁੱਕੀਆਂ ਸੀ ਅਤੇ ਜਸਟ ਹੁਣ ਵੀ ਉਸ ਸਕੂਲ ਵਿੱਚ ਜਿਹੜੀ ਕਣਕ ਅਤੇ ਚਾਵਲ ਦੀ ਚੋਰੀ ਹੋਈ ਸੀ ਰਾਤ ਨੂੰ ਦੋਸ਼ੀ ਮੜ ਕੇ, ਉਹਦੇ 'ਚ ਜਿਹੜਾ ਦੋਸ਼ੀ ਹੈ ਇਹ ਉਸੀ ਪਿੰਡ ਦਾ ਜਿਹੜਾ ਪਾਇਆ ਗਿਆ ਗੁਰਵਿੰਦਰ ਸਿੰਘ, ਸਨ ਆਫ ਮਹਿੰਦਰ ਸਿੰਘ, ਵਾਸੀ ਗੋਸੀਆਂ। ਇਹ ਬੰਦੇ ਨੂੰ ਇਹਨੂੰ ਰਾਊਂਡ ਅਪ ਕੀਤਾ ਸਾਡੀ ਜਿਹੜੀ ASI ਵਿਜੇ ਕੁਮਾਰ ਥਾਣਾ ਬਿਲਗਾ ਤੋਂ ਜਿਹੜੀ ਪੁਲਿਸ ਪਾਰਟੀ ਸੀ, ਉਹਨਾਂ ਨੇ ਮੁੱਖ ਅਧਿਆਪਕਾ ਜਿਹੜੀ ਹੈ ਅਮਰਜੀਤ ਕੌਰ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਜਿਹੜਾ ਉਹਦੇ ਸਮੇਤ ਉਹਦਾ ਮਕਸਦ ਜਿਹੜਾ ਉਹਨੇ ਵਾਰਦਾਤ 'ਚ ਵਰਤਿਆ ਸੀ ਅਤੇ ਉਹਦੇ ਉੱਤੇ ਗ੍ਰਿਫਤਾਰ ਕੀਤਾ। ਇਹਦਾ ਪ੍ਰੀਵੀਅਸ ਰਿਕਾਰਡ ਵੀ ਚੈੱਕ ਕੀਤਾ ਗਿਆ, ਇੱਕ ਕ੍ਰਿਮੀਨਲ ਟਾਈਪ ਦਾ ਬੰਦਾ, ਵਿੱਚ 2011 'ਚ ਡਿਵੀਜ਼ਨ ਨੰਬਰ 8 ਲੁਧਿਆਣਾ 'ਚ ਇੱਕ ਆਰਮੈਕਟ ਤਹਿਤ ਮੁਕੱਦਮਾ ਦਰਜ ਹੋਇਆ ਅਤੇ ਥਾਣਾ ਗੁਰਾਇਆ ਦੇ ਰਿਕਾਰਡ ਮੁਤਾਬਕ ਵੀ ਇਹਦੇ 'ਤੇ 376, 366 ਅਤੇ 326-24 ਦੇ ਬੱਚੇ 2 ਦਰਜ ਹੈ, 3 ਮੁਕੱਦਮੇ ਟੋਟਲ ਦਰਜ ਨੇ। ਇਹਨੂੰ ਅੱਜ ਮਾਨਯੋਗ ਅਦਾਲਤ 'ਚ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾ ਰਿਹਾ, ਇਹਦਾ ਹੋਰ ਰਿਮਾਂਡ ਹਾਸਲ ਕਰਕੇ ਬਾਕੀ ਜਿਹੜੀਆਂ ਕੋਈ ਵਾਰਦਾਤਾਂ ਇਹਦੀ ਹੋਈਆਂ ਨੇ ਜਾਂ ਇਹਨਾਂ ਤੋਂ ਦਵਾਈ ਨਾਲ ਕੋਸ਼ਿਸ਼ ਕੀਤੀ ਜਾ ਰਹੀ। ਕੀ ਕੁਛ ਸਾਰੇ ਇਹਦੇ ਕੋਲੋਂ ਬਰਾਮਦ ਹੋ ਚੁੱਕਾ? ਇਹਦੇ ਕੋਲ ਫਿਲਹਾਲ ਵਰਤਿਆ ਮੋਟਰਸਾਈਕਲ ਬਰਾਮਦ ਹੋਇਆ ਅਤੇ ਅਸੀਂ ਜਿਹੜੀ ਹੈ ਕਣਕ ਚੋਰੀ ਕੀਤੀ ਸੀ ਅਤੇ ਇਹਨੇ ਚਾਵਲ ਬੱਚਿਆਂ ਦੇ ਜਿਹੜੇ ਮਿੱਡੇ ਦੇ ਸੀ ਉਹਦੇ ਰਾਸ਼ਨ ਦਾ ਸਮਾਨ ਸੀ ਅਤੇ ਉਹ ਬਰਾਮਦ ਕੀਤਾ ਜਾ ਰਿਹਾ। ਜੋ ਮੋਟਰਸਾਈਕਲ ਇਹਦਾ ਆਪਣੇ ਹੀ ਮੋਟਰਸਾਈਕਲ ਹਲੇ RTO ਆਫਿਸ ਤੋਂ ਵੈਰੀਫਾਈ ਕਰ ਰਹੇ ਕਿਹਦੇ ਨਾਮ 'ਤੇ ਨਿਕਲਦਾ, ਫਿਰ ਉਹਨੂੰ ਵੀ ਸ਼ਾਮਲ ਯੂਜ ਕੀਤਾ ਜਾਊ। ਹੋਰ ਵੀ ਸਾਥੀ ਇਹਦੇ ਨਾਲ ਆਉਂਦੇ ਸਨ? ਇਹ ਹਲੇ ਤੱਕ ਨਹੀਂ, ਫਿਲਹਾਲ ਇਕੱਲਾ ਹੀ ਹੈ ਅਤੇ ਜਿਹੜਾ CC ਫੁਟੇਜ ਵੀ ਦੇਖੀ ਸੀ ਉਹ 'ਚ ਵੀ ਇਕੱਲਾ ਹੀ ਸੀ। ਬਾਕੀ ਅਸੀਂ ਦੇਖ ਰਹੇ ਹਾਂ ਵੀ ਹੋਰ ਜਿਹੜੀਆਂ ਨੇ ਇਹਦੇ ਸਾਥੀ ਹੈਗੇ ਨੇ ਉਹਨਾਂ ਨਾਲ ਕ੍ਰਿਮੀਨਲ ਕੋਈ ਵਾਰਦਾਤ ਕੀਤੀ ਹੋਵੇ ਤਾਂ ਜ਼ਰੂਰ ਵੈਰੀਫਾਈ ਕਰਾਂਗੇ। ਠੀਕ ਹੈ ਸਰ, ਥੈਂਕ ਯੂ।